ਭਾਜੀ ਅੱਗੇ ਕਰ ਦੋ ਅੱਗੇ ਕਰ ਦੋ ਅੱਗੇ ਕਰ ਦੋ ਨਾਲ ਲੇਟ ਉੱਧਰ ਆ ਜਾਓ ਓਕੇ ਤੇ ਇੱਕ ਮਿੰਟ ਕੋਈ ਨਹੀਂ ਓਕੇ ਜੀ ਓਕੇ ਓਕੇ ਨਾ ਕਿਆ ਕਰੋ ਅੱਗਰੂ ਬਾਕੀ ਅੰਦਰ ਕਰ ਮੈਡਮ ਮਾੜਾ ਦੁਬਾਰਾ ਫੇਰ ਇੱਕ ਦੁਕਾਨ ਨੂੰ ਜਿਹੜਾ ਇਹਨਾਂ ਨੇ ਭੰਨ ਤੋੜ ਕੇ ਵਿੱਚ ਉਦੋਂ ਐਲ ਸੀ ਡੀਆਂ ਦੇ ਹੋਰ ਸਮਾਨ ਲੈ ਗਏ ਸੀ ਉਹ ਵੀ ਜਿਹੜਾ ਐਫ ਆਈ ਆਰ ਜਿਹੜੀ ਇਹਨਾਂ ਤੇ ਦਰਜ ਮਾੜਾ ਦੱਸ ਦੋ ਸਰ ਮਾੜਾ ਜਿਹੜੇ ਦੋ ਆਪਾਂ ਸਚਿਨ ਦੇ ਲਵਪ੍ਰੀਤ ਫੜੇ ਆ ਇਹਨਾਂ ਨੇ ਸ਼ਮਸ਼ਾਨ ਘਾਟ 27 ਜਨਵਰੀ ਨੂੰ ਇੱਕ 2019 ਨੂੰ ਇੱਕ ਵਾਰ ਦਾ ਸੀ ਸ਼ਮਸ਼ਾਨ ਘਾਟ ਉਹਦੇ ਵਿੱਚ ਇਹਨਾਂ ਨੇ ਜਿਹੜੇ ਆ ਸਚਿਨ ਲਵਪ੍ਰੀਤ ਜਿਹੜੇ ਦੋ ਅਕਤੂਬਰ ਆਪਾਂ ਫੜੇ ਆ ਸੀਗਾ ਉੱਥੇ 23 ਤਾਰੀਖ ਹਥਿਆਰਾਂ ਦੇ ਨਾਲ ਇਹਨਾਂ ਨੇ ਉੱਤੇ ਅਟੈਕ ਕੀਤਾ ਇਹਨਾਂ ਤੇ ਅਟੈਂਪਟ ਟੂ ਮਰਡਰ ਜਿਹੜਾ 10-11 ਜਣਿਆਂ ਦੇ ਖਿਲਾਫ ਦਰਜ ਹੈ ਜਿਹਨੂੰ ਇਹਨਾਂ ਬਹੁਤ ਜ਼ਿਆਦਾ ਕੁੱਟਿਆ ਸੀਗਾ ਆਪਣੇ ਨਾਲ 8-9 ਬੰਦੇ ਲਿਆ ਕੇ ਦੋ ਕਾਰਾਂ ਤੇ ਆਏ ਬਿਲਕੁਲ ਉਹਨੂੰ ਅਟੈਂਪਟ ਟੂ ਮਰਡਰ ਕੀਤਾ ਉਹ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਸੀਏ ਇੰਚਾਰਜ ਪਲੱਸ ਜਿਹੜੇ ਭੰਡਾਰ ਇਹਨਾਂ ਨੇ ਇੰਟੈਰੋਗੇਸ਼ਨ ਤੋਂ ਇਹਨਾਂ ਨੇ ਜਿਹੜਾ ਸ਼ਹਿਰ ਦੇ ਜਿਹੜੇ ਹੋਰ ਵੀ ਕਈ ਕ੍ਰਾਈਮ ਬੰਨੇ ਆ ਇਹਨਾਂ ਦੇ ਵਿੱਚੋਂ ਇੱਕ ਸਚਿਨ ਹੈ ਇਹਨਾਂ ਨੇ ਜਿਹੜੀ ਜੁਲਾਈ ਮਹੀਨੇ ਜਿਹੜੀ ਕਰਤਾਰਪੁਰ ਤੋਂ ਅਗਵਾ ਹੋਈ ਸੀਗੀ ਉਹ ਇਹ ਨਾਲ ਇੱਕ ਇਹਨਾਂ ਦੇ ਇੱਕ ਬਾਬਾ ਹੈ ਇਨਪੁੱਟ ਜਿਹੜਾ ਮਿਲ ਗਿਆ ਉਹਦੇ ਪਹਿਲਾਂ ਜਿਹੜਾ ਸੀਗੀਆਂ ਸਾਡੀਆਂ ਕੋਈ ਇੱਕ ਦੋ ਵਾਰ ਤਾਂ ਹੋਰ ਹੋਈਆਂ ਸੀ ਐਕਟੀਵੇਟ ਦੇ ਇੱਕ ਹੋ ਗਈ 6 ਨੰਬਰ ਚ ਹੋਈ ਸੀ ਇੱਕ ਰਾਮ ਚਲੋ ਜੀ ਹਾਂਜੀ ਸਰ ਕਿਹੜੇ ਪ੍ਰੈਸ ਕੋਲ ਅੱਜ ਜਿਹੜੇ ਕਮਿਸ਼ਨਰ ਪੁਲਿਸ ਨੇ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਆਪਾਂ ਕੰਪੇਨ ਸ਼ੁਰੂ ਕੀਤੀ ਹੈ ਐਜ਼ ਅ ਰਿਜ਼ਲਟ ਆਫ ਦੈਟ ਕੰਪੇਨ ਕੱਲ੍ਹ CIA ਸਟਾਫ ਨੇ ਪਲੱਸ ਜ਼ੋਨ 1 ਦੀ ਜਿਹੜੀ ਫੋਰਸ ਨੇ ਇੱਕ ਬੜਾ ਵਧੀਆ ਜਿਹੜਾ ਕੰਮ ਕੀਤਾ ਇਹਨਾਂ ਨੇ ਦੋ ਜਿਹੜੇ ਮੁੰਡੇ ਗ੍ਰਿਫਤਾਰ ਕੀਤੇ ਇੱਕ ਸਚਿਨ ਅਤੇ ਇੱਕ ਲਵਪ੍ਰੀਤ ਇਹ ਸਚਿਨ ਅਤੇ ਲਵਪ੍ਰੀਤ ਇੱਕ ਉਹ ਐਕਿਊਜ਼ ਨੇ ਜਿਨ੍ਹਾਂ ਨੇ 27 ਜਨਵਰੀ ਨੂੰ ਇੱਕ ਸ਼ਮਸ਼ਾਨ ਘਾਟ ਵਿਖੇ ਇੱਕ ਸਾਬੀ ਨਾਂ ਦਾ ਮੁੰਡਾ ਵਾ ਉਹਨੂੰ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ 23 ਧਾਰਾਂ ਦੇ ਨਾਲ ਉਹਨੂੰ ਉੱਤੇ ਅਟੈਕ ਕੀਤਾ ਸੀਗਾ ਇਹਨਾਂ 10-12 ਦੇ ਖਿਲਾਫ ਜਿਹੜਾ ਅਟੈਂਪਟ ਟੂ ਮਰਡਰ ਜਿਹੜਾ ਕੇਸ ਰਜਿਸਟਰਡ ਹੋਇਆ ਵਾ ਇਹ ਉਹਦੇ ਵਿੱਚ ਅਬਸਕਾਉਂਡਿੰਗ ਸੀਗੇ ਸਾਰੇ ਇਹਨਾਂ ਦੀ ਜਦੋਂ ਆਪਾਂ ਪੁੱਛਗਿੱਛ ਕੀਤੀ ਤਾਂ ਸਾਨੂੰ ਇਹ ਵੀ ਪਤਾ ਲੱਗਾ ਇਹਨਾਂ ਨੇ ਮੰਨਿਆ ਸਚਿਨ ਨੇ ਵੀ ਇਹਨਾਂ ਨੇ 1 ਜੁਲਾਈ ਮਹੀਨੇ ਦੇ ਵਿੱਚ ਕਰਤਾਰਪੁਰ ਢਾਬੇ ਤੋਂ ਇਹਨਾਂ ਨੇ ਇੱਕ ਇਨੋਵਾ ਗੱਡੀ ਸਨੈਚ ਕੀਤੀ ਸੀਗੀ ਗਨ ਪੁਆਇੰਟ 'ਤੇ ਉਹ ਗੱਡੀ ਸਨੈਚ ਕਰਕੇ ਇਹ ਜਿਹੜੇ ਆਪਣੇ ਕਮਿਸ਼ਨਰੇਟ ਏਰੀਏ ਦੇ ਵਿੱਚ ਆ ਕੇ ਇਹਨਾਂ ਨੇ ਰਾਤ ਨੂੰ ਇੱਕ ਦੁਕਾਨ ਮਾਈ ਹੀਰਾ ਗੇਟ ਵਿੱਚ ਭੰਨੀ ਸੀਗੀ ਉੱਥੋਂ ਜਿਹੜੀ ਇਨੋਵਾ ਖੋਈ ਸੀ ਉਦੋਂ ਇਹ 4 ਅਕਿਊਜ਼ ਸੀਗੇ ਜਦੋਂ ਇਹ ਕਮਿਸ਼ਨਰੇਟ ਏਰੀਏ 'ਚ ਆਏ ਉਦੋਂ ਇਹਨਾਂ ਦੀ 10 ਤੋਂ 11 ਗਿਣਤੀ ਹੋ ਗਈ 9 ਤੋਂ 10 ਸੋ ਅਸੀਂ ਜਿਹੜਾ ਲਗਭਗ ਸਾਡੇ ਜਿਹੜਾ ਇੱਕ ਉਹ ਵਾਰਦਾਤ ਪਲੱਸ ਇਹਨਾਂ ਨੇ ਇੱਕ ਨੰਬਰ ਦੇ ਵਿੱਚ ਵਾਰਦਾਤ ਕੀਤੀ ਹੈ ਉੱਥੇ ਵੀ ਇਹਨਾਂ ਨੇ ਲਵਪ੍ਰੀਤ ਅਤੇ ਸਚਿਨ ਹੋਣਾ ਨੇ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਸੀਗੀ ਇਸ ਤੋਂ ਇਲਾਵਾ ਜਿਹੜੀਆਂ ਇਹਨਾਂ ਦੀਆਂ ਸਾਡੀਆਂ ਜਿਹੜੀਆਂ ਕਮਿਸ਼ਨਰੇਟ ਦੇ ਵਿੱਚ ਜਿਹੜੀਆਂ ਹੋਰ 2-3 ਵਾਰਦਾਤਾਂ ਹੋਈਆਂ ਇੱਕ ਦਿਲਕਸ਼ਾ ਮਾਰਕੀਟ ਵਾਲੀ ਆ ਇੱਕ ਰਾਮਾ ਮੰਡੀ ਵਾਲੀ ਆ ਇਹਨਾਂ ਬਾਰੇ ਸਾਨੂੰ ਇੱਕ ਸਿਲਵਰ ਲਾਈਨਿੰਗ ਮਿਲ ਗਈ ਆ ਆਪਾਂ ਇਹ ਜਿਹੜੇ ਸਾਰੇ ਦੋਸ਼ੀ ਫੜ ਕੇ ਅਤੇ ਇਹਨਾਂ ਦੇ ਵਿੱਚੋਂ ਸਾਡੇ ਜਿਹੜੇ ਆਸ ਹੈ ਵੀ ਇਹ ਜਿਹੜਾ ਆਪਾਂ ਬਾਕੀ ਵੀ ਜਿਹੜੇ ਮੁਕੱਦਮੇ ਉਹ ਜਿਹੜੇ ਟਰੇਸ ਕਰ ਲਾਂਗੇ ਸਰ ਹੁਣ ਤੱਕ ਕਿੰਨੀਆਂ ਵਾਰਦਾਤਾਂ ਮਿਲੀਆਂ ਵੇਖੋ ਹੁਣ ਤੱਕ ਇਹ ਜਿਹੜੇ 2 ਹੈ ਇਹ ਆਪਣੇ ਕੋਲ 3 ਵਾਰਦਾਤਾਂ ਮੰਨ ਗਏ ਆ ਜਿਹੜੇ ਇੱਕ ਤਾਂ ਇਹਨਾਂ ਨੇ ਜਿਹੜੀ ਉਹ ਕੀਤੀ ਸੀਗੀ ਸ਼ਮਸ਼ਾਨ ਘਾਟ ਇੱਕ ਜਿਹੜੀ ਹੈ ਕਰਤਾਰਪੁਰ ਵਾਲੀ ਅਤੇ ਇੱਕ ਸੀ ਇਹਨਾਂ ਦੀ ਹੈ ਜਿਹੜੀ ਆਪਣੇ ਥਾਣਾ ਨੰਬਰ 3 ਦੇ ਵਿੱਚ ਹੈ ਜਿਹੜੀ ਮਾਈ ਹੀਰਾ ਗੇਟ ਵਾਲੀ ਇੱਕ ਡਿਵੀਜ਼ਨ ਨੰਬਰ 1 4 ਜਿਹੜੀਆਂ ਵਾਰਦਾਤਾਂ ਲੜਾਈ ਬਸ ਗੁੰਡਾਗਰਦੀ ਕਿਤੇ ਵਿਆਹ ਸ਼ਾਦੀ ਦੇ ਇਕੱਠੇ ਹੋਏ ਕਿਸੇ ਨੇ ਕਿਸੇ ਨੂੰ ਕੋਈ ਉੱਚਾ ਬੋਲਤਾ ਉੱਥੇ ਲੜ ਪੈਣਾ ਜਾਂ ਕੋਈ ਇੱਦਾਂ ਦੀਆਂ ਨਿੱਕੀਆਂ ਗੱਲਾਂ ਤੋਂ ਬੈਕਗਰਾਊਂਡ ਇਹਨਾਂ ਦੇ ਬੇਸਿਕਲੀ ਇਹ ਸਾਰੇ ਜਿਹੜੇ ਇਹ 2 ਹੈ ਇਹਦੇ ਪਲੱਸ 2 ਪੜ੍ਹੇ ਆ ਕੋਈ ਕੰਮ ਨਹੀਂ ਕਰਦੇ ਘਰ ਬਸ ਆਹੀ ਹੈ ਕਦੇ ਇੱਧਰੋਂ ਇਹਨਾਂ ਲੜ ਪਏ ਕਦੇ ਇਹਨਾਂ ਲੜ ਪਏ ਸੋ ਇਹਨਾਂ ਦੇ ਖਿਲਾਫ਼ ਅਸੀਂ ਜਿਹੜਾ ਬਿਲਕੁਲ ਜਿਹੜਾ ਪੂਰੀ ਸਟ੍ਰਿਕਨੈਸ ਕੀਤੀ ਹੋਈ ਹੈ ਅਸੀਂ ਇਹ ਸਾਰੇ ਦੇ ਸਾਰੇ ਬੰਦੇ ਫੜ ਕੇ ਇਹਨੂੰ ਜਿਹੜਾ ਇਹਨਾਂ ਨੂੰ ਇਹਦੇ ਖਿਲਾਫ਼ ਕਾਰਵਾਈ ਕਰਾਂ ਇਹਨਾਂ ਨੂੰ ਕੀਤਾ ਆਪਾਂ ਬਾਬਾ ਬਸਤੀ ਬਾਬਾ ਖੇਲ ਬਾਬਾ ਕਿਹੜਾ ਬਾਬਾ ਬੁੱਢਾ ਜੀ ਪੁਲੀ ਦਾ ਉੱਥੋਂ ਕੀਤਾ
ਵੇਖੋ ਇਹਨਾਂ ਦੇ 307 ਦੇ ਇਹਨਾਂ ਦੇ 307 ਦੇ ਮੁਕੱਦਮੇ ਨੇ 392 ਦੇ ਨੇ ਜਿਹੜੇ ਹਾਈਵੇ ਰੋਬਰੀ ਹੁੰਦੀ ਹੈ ਪਲੱਸ ਜਿਹੜੀਆਂ ਹਾਊਸ ਟ੍ਰੈਸ ਪਾਸੇ ਦੇ ਮੁਕੱਦਮੇ ਨੇ ਉਹ ਸਾਰੇ ਮੁਕੱਦਮੇ ਇਹਨਾਂ ਦੇ ਦਰਜ ਹੈ ਸਰ ਕਿਹੜੇ ਲੁੱਟ ਖੋਹ ਕਰਕੇ ਕਿੱਥੇ ਫਰਾਰ ਹੋ ਜਾਂਦੇ ਸੀ ਕਿੰਨੇ ਜਾਣੇ ਆ ਟੋਟਲ ਅਮਾਉਂਟ ਤੋਂ ਪਤਾ ਵੇਖੋ ਆਪਾਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹੁਣ ਇਹਨਾਂ ਦਾ ਬੇਸਿਕਲੀ ਕੀ ਹੈ ਇਹਨਾਂ ਦਾ ਇੱਕ ਜਿਹੜਾ ਮੇਨ ਬੰਦਾ ਜਿਹੜਾ ਉਹ ਸਾਨੂੰ ਐਬਸਕਾਊਂਟ ਕੀਤਾ ਹੋਇਆ ਵਾ ਉਹਦੇ ਮਗਰ ਆਪਾਂ ਲੱਗੇ ਹਾਂ ਜਦੋਂ ਸਾਨੂੰ ਉਹ ਬੰਦਾ ਮਿਲ ਗਿਆ ਸਾਨੂੰ ਫਿਰ ਬਿਲਕੁਲ ਸਾਰਾ ਮਤਲਬ ਡਿਸਕਲੋਜ਼ ਹੋ ਜਾਏਗਾ ਵੀ ਇਹ ਕੀ ਹੈ ਕੀ ਇਹਨਾਂ ਦਾ ਗੈਂਗ ਟਾਈਪ ਹੀ ਕਹਿ ਸਕਦੇ ਆਪਾਂ ਜਿਹੜੇ 10-8 to 9 ਬੰਦੇ ਇਹਨਾਂ ਦੇ ਜਿਹੜੇ ਇਸ ਕੰਮ ਤੇ ਪਿੱਛੇ ਪਏ ਆ ਨਹੀਂ ਉਹ ਵੇਖੋ ਜਿਹੜਾ ਬੰਦਾ ਇੱਕ ਸਾਡਾ ਨਾ ਉਹ ਜਿਹਨੂੰ ਬਾਬਾ ਕਹਿੰਦੇ ਆ ਉਹ ਅਜੇ ਤੱਕ ਮਿਸਿੰਗ ਆ ਉਹਦੇ ਮਗਰ ਅਸੀਂ ਲੱਗੇ ਹੋਏ ਹਾਂ ਸਾਡੇ ਕੋਲ ਬੜਾ ਵੱਡਾ ਇੱਕ ਵਧੀਆ ਉਹਦੇ ਮਗਰ ਜਿਹੜਾ ਸਾਨੂੰ ਪੁਆਇੰਟ ਆ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਹੈ ਅਸੀਂ ਉਹਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਜਿਹੜਾ ਮੇਨ ਬੰਦਾ ਆਪਾਂ ਕਹਿ ਸਕਦੇ ਹਾਂ ਵੀ ਇਹ ਗਰੁੱਪ ਦਾ ਉਹੀ ਆ ਉਹੀ ਇਹਨੂੰ ਚਲਾ ਰਿਹਾ ਸਾਰੇ ਨੂੰ ਆਪਾਂ ਉਹਨੂੰ ਫੜ ਕੇ ਅਤੇ ਬਾਕੀ ਵੀ ਫੜ ਕੇ ਜਿਹੜਾ ਸਾਰਾ ਬਿਲਕੁਲ ਇਹਨੂੰ ਕਲੀਅਰ ਕਰਾਂਗੇ ਠੀਕ ਹੈ